ਹੜ੍ਹ ਪ੍ਰਭਾਵਿਤ ਕੇਰਲਾ ਲਈ 500 ਕਰੋੜ ਦਾ ਰਾਹਤ ਪੈਕੇਜ ਬੇਹੱਦ ਘੱਟ। ਸੀਤਾਰਾਮ ਯੇਚੁਰੀ। ਹਮ ਯਹਾਂ ਪੇ ਆਏ ਹੈ, ਹਮਾਰੀ ਪਾਰਟੀ ਕੀ ਤਰਫ ਸੇ ਹਮਾਰੀ ਸਹਾਨੁਭੂਤੀ ਏਕਜੁਟਤਾ ਕੇਰਲਾ ਕੀ ਆਵਾਮ ਕੇ ਸਾਥ ਜਤਾਨੇ ਕੇ ਲੀਏ, ਜਿਤਨੀ ਵੀ ਹੋ ਸਕੇ ਮਦਦ ਹੋ ਰਹੀ ਹੈ ਪੂਰੇ ਦੇਸ਼ ਭਰ ਮੇਂ। ਮਾਰਕਸਵਾਦੀ ਕਮਿਊਨਿਸਟ ਪਾਰਟੀ ਕੇ ਸਭ ਇਕਾਈਆਂ ਯਹਾਂ ਕੇਰਲਾ ਰਿਲੀਫ ਕੇ ਲੀਏ ਮਟੀਰੀਅਲ ਪੈਸੇ ਸਭ ਇਕੱਠਾ ਕਰ ਰਹੇ ਹੋ ਔਰ ਡਾਇਰੈਕਟਲੀ ਯਹਾਂ ਪੇ ਆ ਰਹਾ। ਅਫਸੋਸ ਯਹੀ ਹੈ ਕਿ ਪ੍ਰਧਾਨ ਮੰਤਰੀ ਜਬ ਥੇ ਯਹਾਂ ਪੇ ਕਲ, ਹਮ ਯਹੀ ਉਮੀਦ ਕਰ ਰਹੇ ਥੇ, ਉਨਸੇ ਯਹ ਵੀ ਮੰਗ ਕੀਏ ਥੇ ਕਿ ਇਸਕੋ ਡਿਕਲੇਅਰ ਕਰੇ ਇੱਕ ਨੈਸ਼ਨਲ ਡਿਜ਼ਾਸਟਰ ਕੇ ਰੂਪ ਮੇਂ, ਲੇਕਿਨ ਵੋ ਹੁਆ ਨਹੀਂ। ਔਰ ਜੋ ਐਸਟੀਮੇਸ਼ਨ ਪ੍ਰਧਾਨ ਮੰਤਰੀ ਖੁਦ ਲੀਏ ਥੇ ਕਿ ਵੋ ਕਮ ਸੇ ਕਮ 20,000 ਕਰੋੜ ਰੁਪਏ ਸੇ ਜ਼ਿਆਦਾ ਨੁਕਸਾਨ ਹੈ, ਉਸਕੇ ਜਗ੍ਹੇ ਪਰ ਵੋ ਸਿਰਫ 500 ਕਰੋੜ ਦੀਏ, ਯਹ ਹਮ ਸਮਝਦੇ ਕਿ ਥੋੜ੍ਹਾ ਬਹੁਤ ਦੀਆ, ਲੇਕਿਨ ਯਹ ਬਹੁਤ ਹੀ ਇਨਐਡਿਕੁਏਟ, ਇਸਕੋ ਫੌਰਨ ਬੜਾਨੇ ਕੀ ਜ਼ਰੂਰਤ ਹੈ। ਔਰ ਹਮ ਚਾਹਤੇ ਹੈ ਕਿ ਦੇਸ਼ ਕੇ ਅੰਦਰ ਜਿਤਨੇ ਵੀ ਫੋਰਸਿਸ ਹੈ, ਆਰਮ ਫੋਰਸਿਸ ਔਰ ਪੈਰਾਮਿਲਟਰੀ ਫੋਰਸਿਸ ਵਗੈਰਾ, ਵੋ ਸਭ ਆਕਰ ਯਹਾਂ ਪੇ ਯਹ ਸਟੇਟ ਗਵਰਨਮੈਂਟ ਕੀ ਜੋ ਐਫਰਟਸ ਹੈ ਉਸਕੋ ਮਦਦ ਕਰਨੇ ਕੀ ਜ਼ਰੂਰਤ ਹੈ, ਉਨਕੋ ਅਸਿਸਟ ਕਰਨੇ ਕੀ, ਉਨਕੇ ਤਹਿਤ ਯਹ ਫੋਰਸਿਸ ਕੋ ਡਿਪਲੋਏ ਕਰਨਾ ਚਾਹੀਏ।